ਅੱਜ ਕੈਬਨਿਟ ਮੰਤਰੀ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਅਟਾਰੀ ਹਲਕੇ ਵਿੱਚ ਵੱਖ-ਵੱਖ ਪਿੰਡਾਂ ਵਿੱਚ ਸਾਂਝ ਕੇਂਦਰਾਂ ਦਾ ਉਦਘਾਟਨ ਕੀਤਾ ਗਿਆ, ਜਿਸ ਦੇ ਚੱਲਦੇ ਪੰਜਾਬ ਦੇ ਸਰਪੰਚਾਂ ਦਾ ਕਹਿਣਾ ਸੀ ਕਿ ਪਿੰਡ ਵਿੱਚ ਇੱਕ ਸੇਵਾ ਕੇਂਦਰ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਸਾਡੇ ਨੇੜੇ ਤੇੜੇ ਦੇ ਪਿੰਡ ਨੂੰ ਕਾਫ਼ੀ ਸਹੂਲਤ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਪਿੰਡ ਵਾਲਿਆਂ ਨੂੰ ਕੋਈ ਵੀ ਸਰਕਾਰੀ ਕੰਮ ਦੇ ਲਈ ਸ਼ਹਿਰ ਨਹੀਂ ਜਾਣਾ ਪਵੇਗਾ। ਇਹਦੇ ਨਾਲ ਹੀ ਕੈਬਨਿਟ ਮੰਤਰੀ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਜਿਵੇਂ ਅੱਜ ਪਿੰਡ ਸੋਈਆਂ ਵਿੱਚ ਸੇਵਾ ਕੇਂਦਰ ਖੁੱਲ੍ਹਾ ਹੈ, ਇਸ ਵਿੱਚ ਹੋਰ 3 ਪਿੰਡ ਦੇ ਲੋਕ ਆਇਆ ਕਰਨਗੇ ਅਤੇ ਉਹਨਾਂ ਦੀਆਂ ਕਾਫ਼ੀ ਮੁਸ਼ਕਲਾਂ ਨੂੰ ਦੂਰ ਕੀਤਾ ਜਾਏਗਾ। ਅੱਜ ਪਿੰਡ ਸੋਈਆਂ 'ਚ ਜਿਹੜਾ ਸੁਵਿਧਾ ਸੈਂਟਰ, ਜਿਹੜੇ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਕਿ ਜਿਹੜੀਆਂ ਸੁਵਿਧਾਵਾਂ ਨੇ ਉਹ ਪਿੰਡ ਪੱਧਰ 'ਤੇ ਹੀ, ਸ਼ਹਿਰਾਂ 'ਚ ਜਾਣ ਦੀ ਲੋੜ ਨਾ ਪਵੇ, ਉਹ ਪਿੰਡਾਂ ਦੇ ਵਿੱਚ ਹੀ ਜਿਹੜੀਆਂ ਪ੍ਰੋਬਲਮ ਆਪਣੀਆਂ ਨੇ, ਪਾਸਪੋਰਟ ਦੀਆਂ, ਵੀਜ਼ੇ ਦੀਆਂ ਜਾਂ ਹੋਰ ਸਾਰੀਆਂ ਪੈਨਸ਼ਨਾਂ ਦੇ ਫਾਰਮ ਆ, ਸੈਕਿੰਡ ਸਕੀਮ ਦੇ ਫਾਰਮ ਆ, ਬੱਤੀ ਦੇ ਆ, ਫਰਦ ਦੇ ਆ, ਸਾਰੀਆਂ ਗੱਲਾਂ ਜਿਹੜੀਆਂ ਉਹ ਇੱਥੇ ਜਿਹੜੀਆਂ ਹੁਣ ਹੋਣਗੀਆਂ, ਜਮ੍ਹਾਂ ਹੋਣਗੇ ਸਾਰਾ ਕੁਝ। ਨਿਊਜ਼ ਡੈਸਕ ਤੋਂ ਸੰਨੀ ਸਹੋਤਾ, ਅੰਮ੍ਰਿਤਸਰ ਤੋਂ ਹਰਸ਼ ਪੁੰਜ, ਜੀਵੇ ਪੰਜਾਬ ਲਈ।